ਬੀਤੇ ਦਿਨ ਜਿ세 ਤੱਕ ਗਿਆਨੀ ਹਰਪੀ ਸਿੰਘ ਵੱਲੋਂ ਸੋਸ਼ਲ ਮੀਡੀਆ ਤੇ ਭੇਜੀ ਵੀਡੀਓ ਵਿੱਚ ਭਾਵੁਕ ਹੋਏ ਜਥੇਦਾਰ ਵਾਰੇ ਅੱਜ ਗੁਰਮਤਿ ਵਿਦਿਆਲੇ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਪਾਈ ਅਮਰੀਕ ਸਿੰਘ ਜਨਾਲਾ ਬੋਲੋ ਆਪਣੇ ਵਿਦਿਆਲੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਜਥੇਦਾਰ ਗਿਆਨੀ ਹਰਪੀ ਸਿੰਘ ਤੇ ਤੰਜਗੜ੍ਹ ਦੇ ਕਿਹਾ ਕਿ ਪੰਥ ਦੇ ਜਥੇਦਾਰ ਗਿਆਨੀ ਹਰਪੀ ਸਿੰਘ ਨੂੰ ਗਲਾ ਭਰ ਕੇ ਵਿਰਾਗ ਕਰਕੇ ਕੁਝ ਗੱਲਾਂ ਗਈਆਂ ਪਰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਵਿੱਚ ਖਿਲਾਰੇ ਗਏ ਮਹਾਰਾਜ ਜੀ ਦੇ ਸਰੂਪ ਚੋਰੀ ਕੀਤੇ ਗਏ ਗੰਦੇ ਨਾਲਿਆਂ ਵਿੱਚ ਛੁੱਟੇ ਗਏ ਪਾਥੀਆਂ ਦੇ ਵਿੱਚ ਲੁਕੋਏ ਗਏ ਉਦੋਂ ਜਥੇਦਾਰ ਸਾਹਿਬ ਦੀਪਾ ਦੇਣ ਦਾ ਯਾਦ ਕਿਉਂ ਨਹੀਂ ਆਇਆ ਉਹਨਾਂ ਕਿਹਾ ਕਿ ਜੋ جنگ ਇਸ ਵੇਲੇ ਚੱਲ ਰਹੀ ਹੈ ਇਸ ਵਿੱਚ ਕਿਸੇ ਦਾ ਨਹੀਂ ਬਲਕਿ ਸਿੱਖ ਕੌਮ ਦਾ ਨੁਕਸਾਨ ਹੋ ਰਿਹਾ ਹੈ ਹੋਰ ਉਹਨਾਂ ਨੇ ਇਸ ਵਾਰ ਕੀ ਕੀਤਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਜੀ ਭਾਈ ਸਾਹਿਬ ਭਾਈ ਸਾਹਿਬ ਸਿੱਖ ਕੌਮ ਦਾ ਕੀ ਨੁਕਸਾਨ ਹੈ ਮੈਂ ਆਪਣੇ ਵੱਲੋਂ ਸਾਰੀ ਸਿੱਖ ਸੰਗਤ ਨੂੰ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਾਣੀ ਦਾ ਫਰਮਾਨ ਹੈ ਪਾਪ ਕਮਾਉਂਦਿਆ ਤੇਰਾ ਕੋਈ ਨਾ ਬੇਲੀ RAM ਕੋਈ ਨਾ ਬੇਲੀ ਹੋਏ ਤੇਰਾ ਅੰਤ ਪਸ਼ੂ ਤਾਵੇ ਦੇ ਮਹਾਵਾਕ ਅਨਸਾਰ प्रकाश सिंह बादल ਨੇ ਅੱਧੀ ਸਦੀ ਦਾ ਸਮਾਂ ਪਾਪ ਕੀਤੇ ਜਿਸ ਤਰ੍ਹਾਂ ਕਦੇ ਅਰੰਗਜੀਤ ਬਾਦਸ਼ਾਹ ਨੇ 4 ਪਾਤਸ਼ਾਹਾਂ ਜਾਂ 7ਵੇਂ ਪਾਤਸ਼ਾਹ 8ਵੇਂ ਪਾਤਸ਼ਾਹ ਤੇ 9ਵੇਂ ਤੇ 10ਵੇਂ ਪਾਤਸ਼ਾਹ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਪਾਪ ਕੀਤੇ ਆ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਹੋਇਆਂ ਸਿੱਖੀ ਸਰੂਪ ਦੇ ਪ੍ਰਕਾਸ਼ ਬਾਦਲ ਨੇ ਬਹੁਤ 78 ਦੀ ਵਿਸਾਖੀ ਤੋਂ ਲੈ ਕੇ ਮਰਦੇਦੰਮ ਤੱਕ ਬਹੁਤ ਪਾਪ ਕੀਤੇ ਜਿਸ ਤਰ੍ਹਾਂ ਅਰੰਗਜੀਤ ਦੀ ਮੌਤ ਤੋਂ ਬਾਅਦ ਉਹਦੇ ਪਰਿਵਾਰ ਉਹਦੇ ਬੱਚਿਆਂ ਪੁੱਤਰਾਂ ਵਿੱਚ ਜੰਗ ਚੜੀ ਸੀ ਇਸੇ ਤਰ੍ਹਾਂ ਪ੍ਰਕਾਸ਼ ਬਾਦਲ ਦੀ ਮੌਤ ਤੋਂ ਬਾਅਦ ਸ਼੍ਰੋਮਣੀ ਕਾਲੀ ਦਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜੰਗ ਚੱਲੀ ਆ ਉਹਨਾਂ ਦੇ ਵਿੱਚੋਂ ਬੀਤੀ ਰਾਤ ਗਿਆਨੀ ਹਰਪ੍ਰੀਤ ਸਿੰਘ ਜੋ ਦੰਦਮਾ ਸਾਹਿਬ ਦੇ ਤੱਕ ਦੇ ਉਹ ਜਥੇਦਾਰ ਆ ਉਹਨਾਂ ਨੇ ਗਾਲਾਂ ਭਰ ਕਰਕੇ ਵਿਰਾਗ ਦੇ ਵਿੱਚ ਆ ਕਰਕੇ ਕੁਝ ਗੱਲਾਂ ਕਹੀਆਂ ਸੀ ਪਰ ਮੈਂ ਇਸ ਗੱਲ ਤੇ ਕਿੰਤੂ ਕਰਦਾ ਹਰਪ੍ਰੀਤ ਸਿੰਘ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਗ ਪਾੜ ਕੇ ਗਲੀਆਂ ਵਿੱਚ ਖਿਲਾਰੇ ਗਏ ਸਰਸੇ ਵਾਲੇ ਚੋਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਚੋਰੀ ਕੀਤਾ ਗੰਦੇ ਨਾਲੇ ਵਿੱਚ ਸੁੱਟਿਆ ਪਾਠੀਆਂ ਦੇ ਘੀਰੇ ਵਿੱਚ ਲਕਾਇਆ ਇਸੇ ਤਰ੍ਹਾਂ ਬਾਥਰੂਮ ਦੇ ਵਿੱਚ ਥੱਲੇ ਰਾਖ ਕਰਕੇ ਦਬਿਆ ਕਿ ਤੈਨੂੰ ਉਦੋਂ ਵਿਰਾਗ ਨਹੀਂ ਆਇਆ ਉਦੋਂ ਤੈਨੂੰ ਅਸਤੀਫਾ ਜਿਆਦ ਨਹੀਂ ਆਇਆ ਪੰਜ ਸਾਡੇ ਤਖਤ ਆ ਪੰਜਾਂ ਤਖਤਾਂ ਦਾ ਜਥੇਦਾਰ ਗੁਰਮਖੋ ਕੋਈ ਵੀ ਬੇਅਦਬੀ ਵਾਲੀ ਘਟਨਾ ਤੇ ਨਹੀਂ ਪਹੁੰਚਿਆ ਚਾਰ ਸਾਰੀਆਂ ਪ੍ਰਮੁੱਖ ਕਮੇਟੀਆਂ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਪਟਨਾ ਸਾਹਿਬ ਕਮੇਟੀ ਨਾਂਦੇੜ ਕਮੇਟੀ ਚਾਰ ਕਮੇਟੀਆਂ ਦਾ ਪ੍ਰਧਾਨ ਵੀ ਕਦੇ ਵਾਸਤੇ ਬੇਅਦਬੀ ਵਾਲੀ ਜਗ੍ਹਾ ਤੇ ਨਹੀਂ ਆਇਆ ਇਸੇ ਤਰ੍ਹਾਂ ਤਰਨਾਦਾਲ ਨਿਹੰਗ ਸਿੰਘ ਬੁੱਢਾ ਦਲ ਇਹਨਾਂ ਦਲਾਂ ਦੇ ਵਿੱਚੋਂ ਕਦੇ ਵੀ ਕੋਈ ਮੁਖੀ ਨਹੀਂ ਆਇਆ ਅਫਸੋਸ ਦੀ ਇਹ ਗੱਲ ਆ ਕਿ ਜਿਸ ਤਰ੍ਹਾਂ ਅਰੰਗਜੇ ਬਾਦਸ਼ਾਹ ਦੇ ਪਰਿਵਾਰ ਮੌਤ ਤੋਂ ਬਾਅਦ ਪਰਿਵਾਰ ਵਿੱਚ ਖਾਨਾ ਜੰਗੀ ਚੱਲੀ ਸੀ ਇਸੇ ਤਰ੍ਹਾਂ ਸੇਖੀ ਸਰੂਪ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਸੀ ਉਹਦੀ ਮੌਤ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦੇ ਵਿੱਚ ਆਪਣੀ ਖਾਨਾ ਜੰਗੀ ਚੱਲੀ ਆ ਅਫਸੋਸ ਹੈ ਇਹਦੇ ਨਾਲ ਕੰਮ ਦਾ ਨੁਕਸਾਨ ਹੋਵੇਗਾ ਮੈਂ ਦੇਸ਼ਾਂ ਅਤੇ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਜਿਸ ਤਰ੍ਹਾਂ ਭਾਈ ਨੰਦ ਲਾਲ ਜੀ ਦੇ ਬਚਨ ਹਨ ਆਗਾ ਸਮਝ ਚੱਲੋ ਨੰਦ ਲਾਲਾ ਪਾਛਾ ਜੋ ਬੀਤੀ ਸੋ ਬੀਤੀ ਇਹਨਾਂ ਵੱਲ ਆਪਾਂ ਨਾ ਵੇਖੀਏ ਇਹਨਾਂ ਗਲਤੀਆਂ ਕੀਤੀਆਂ ਇਹਨਾਂ ਅਪਰਾਧ ਕੀਤੇ ਆ ਇਹਨਾਂ ਜਥੇਦਾਰਾਂ ਦੀ ਚੋਣ ਕੌਣ ਕਰਦਾ ਸੀ ਪ੍ਰਕਾਸ਼ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਕੌਣ ਕਰਦਾ ਸੀ ਪ੍ਰਕਾਸ਼ ਬਾਦਲ ਸਾਡੇ ਵੱਡ ਵਡੇਰਿਆਂ ਨੇ ਕੁਰਬਾਨੀਆਂ ਦੇ ਕਰਕੇ ਸ਼੍ਰੋਮਣੀ ਕਾਲੀਦਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਰਮਿਕ ਤੇ ਰਾਜਨੀਤਕ ਦੋ ਜਥੇਬੰਦੀਆਂ ਕੰਮ ਕੀਤੀਆਂ ਸਨ ਸਾਡੀ ਅਣਗਹਿਲੀ ਸਾਡੀ ਦੂਜਾ ਨਾਂ ਸਾਡੀ ਨਿੱਜ ਸਵਾਰਥਾਂ ਦਾ ਸਦਕਾ ਉਹਨਾਂ ਨੇ ਦੋਨਾਂ ਜਥੇਬੰਦੀਆਂ ਤੇ ਕਮਜ਼ਾ ਕੀਤਾ ਅੱਜ ਹਰਪ੍ਰੀਤ ਪਿਸਤਾਉਂਦਾ ਤੇ ਰੁੰਦਾ ਮੈਂ ਅਸਤੀਫਾ ਦੇ ਦੇਣਾ ਪਰ ਮੈਂ ਦੁਬਾਰਾ ਫੇਰ ਬੇਨਤੀ ਕਰਦਾ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗਲੀਆਂ ਵਿੱਚ ਰੋਲੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਉਦੋਂ ਸਾਨੂੰ ਕੋਈ ਦੁੱਖ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਲਾਪਤਾ ਕਰਤੇ ਉਹਨਾਂ ਦਾ ਕੋਈ ਅਫਸੋਸ ਨਹੀਂ ਗੁਰਮਖੋ ਤੁਸੀਂ ਪਾਪ ਬਹੁਤ ਕੀਤੇ ਆ ਪਾਪ ਦਾ ਖਮਿਆਜਾ ਤੁਹਾਨੂੰ ਅਵਸ਼ ਜ਼ਰੂਰ ਭੁਗਤਣਾ ਪਵੇਗਾ ਮੈਂ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਇਕੱਤਰ ਹੋ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਆਜ਼ਾਦ ਕਰਾਂਗੇ ਤੇ ਤੱਕ ਆਜ਼ਾਦ ਕਰਾਂਗੇ ਏ ਮੇਰੀ ਸਾਰੀਆਂ ਸੰਗਤਾਂ ਨੇ ਬੇਨਤੀ ਪ੍ਰਵਾਨ ਕਰਨਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਐਮਜੀ ਲਈ ਬਿਊਰੋ ਰਿਪੋਰਟ